ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕੱਲ ਅਸੀਂ ਮਿਸ਼ਨ 70% ਅਭਿਆਸ ਸ਼ੀਟ 3 ਦੇ ਸਵਾਲ ਨੰਬਰ 5 ਤੋਂ 10 ਤੱਕ ਹੱਲ ਕੀਤੇ ਸਨ ਤੇ ਆਓ ਅੱਜ ਅਸੀਂ ਅਭਿਆਸ ਸ਼ੀਟ 3 ਦੇ ਸਵਾਲ ਨੰਬਰ 11 ਤੋਂ 15 ਤੱਕ ਹੱਲ ਕਰਦੇ ਹਾਂ ਅਗਲਾ ਸਵਾਲ ਹੈ ਕੜੀ ਵੇਖ ਕੇ ਦੱਸੋ ਕਿੰਨੇ ਵਜੇ ਹਨ ਇਸ ਲਈ ਵੀ ਸਾਨੂੰ 4 ਉੱਤਰ ਦਿੱਤੇ ਹਨ ਬੱਚਿਓ ਕੜੀ ਉੱਤੇ ਦੇਖੋ ਘੰਟਿਆਂ ਵਾਲੀ ਸੂਈ 6 ਤੇ ਤੇ ਮਿੰਟਾਂ ਵਾਲੀ ਸੂਈ 7 ਤੇ ਹੈ। ਭਾਵ 6:00 ਵਜ ਕੇ 12 ਤੋਂ 1 ਤੇ 5 ਮਿੰਟ, 2 ਤੇ 10, 3 ਤੇ 15, 4 ਤੇ 20, 5 ਤੇ 25, 6 ਤੇ 30 ਤੇ 7 ਤੇ ਜੇ ਮਿੰਟਾਂ ਵਾਲੀ ਸੂਈ ਹੋਏਗੀ ਤੇ ਕਿੰਨੇ ਮਿੰਟ ਹੋ ਗਏ? 6:35 ਮਿੰਟ ਤੇ ਇਸ ਲਈ ਬੱਚਿਓ ਕੜੀ ਉੱਪਰ 6:35 ਮਿੰਟ ਹੋਏ ਹਨ। देखो बच्चों उड़े वाला विकल्प अठ बज के पैंती यिकल्प साढ़े उत् अनुसार ठीक नहीं है एड़ा सत्त बज के ती ए विकल्प साढ़े उत्तर अनुसार ठीक नहीं है ईड़ी अठ बज के ती मिनट एवं विकल्प साढ़े उत् अनुसार ठीक नहीं है सस्सा छे वज के पैंती मिनट ए विकल्प साढ़े उत्तर अनुसार ठीक है इसलिए मैं सस्से विकल्प उत्ते सही का निशान लगा हाँ ਅਗਲਾ ਸਵਾਲ ਹੈ ਹਰਮਿਤ ਰਚਨਾ ਪਹਿਲੀ ਘੜੀ ਤੇ ਦਰਸਾਏ ਸਮੇਂ ਤੇ ਸਵੇਰੇ ਸੈਰ ਕਰਨ ਜਾਂਦਾ ਅਤੇ ਦੂਸਰੀ ਘੜੀ ਤੇ ਦਰਸਾਏ ਸਮੇਂ ਤੇ ਸੈਰ ਕਰਕੇ ਵਾਪਸ ਕਰ ਆਉਂਦਾ ਦੱਸੋ ਕਿ ਉਹ ਉਸ ਕਿਹੜੇ ਸਮੇਂ ਤੇ ਘਰ ਆਇਆ ਬੱਚਿਓ ਦੇਖੋ ਜਦੋਂ ਹਰਮਿਤ ਸਵੇਰੇ ਸੈਰ ਕਰਨ ਜਾਂਦਾ ਹੈ ਤੇ ਪਹਿਲੀ ਘੜੀ ਅਨੁਸਾਰ ਕੰਟਿਆਂ ਵਾਲੀ ਸੂਈ 6 ਤੇ ਤੇ ਮਿੰਟਾਂ ਵਾਲੀ ਸੂਈ 12 ਤੇ ਹੈ ਪਾਵ ਸਵੇਰ ਦੇ 6 ਵਜੇ ਹਨ ਜਦੋਂ ਉਹ ਸੈਰ ਕਰਕੇ ਵਾਪਸ ਕਰ ਆਉਂਦਾ ਹੈ ਤੇ ਦੂਸਰੀ ਘੜੀ ਅਨੁਸਾਰ ਘੰਟਿਆਂ ਵਾਲੀ ਸੂਈ 6 ਤੋਂ ਥੋੜਾ ਉੱਪਰ ਤੇ ਮਿੰਟਾਂ ਵਾਲੀ ਸੂਈ 5 ਤੇ ਹੈ ਬੱਚਿਓ ਦੇਖੋ ਜਦੋਂ ਮਿੰਟਾਂ ਵਾਲੀ ਸੂਈ 12 ਤੋਂ 1 ਤੇ ਆਈ ਤੇ ਕਿੰਨਾ ਟਾਈਮ ਹੋ ਗਿਆ 6:05 2 ਤੇ 6:10 3 ਤੇ 6:15 4 ਤੇ 6:20 ਤੇ 5 ਤੇ 6 ਵਜੇ 25 ਮਿੰਟ ਹੋ ਗਏ ਇਸ ਤਰ੍ਹਾਂ ਬੱਚਿਓ ਦੇਖੋ ਹਰਮੀਤ ਸੈਰ ਕਰਕੇ ਘਰ 6 ਵਜੇ 25 ਮਿੰਟ ਤੇ ਆਇਆ ਤੇ ਬੱਚਿਓ ਇਸ ਵੀਰ ਦਾ ਸਮਾਂ ਹੈ ਤੇ ਇਸ ਵੀਰ ਦੇ ਸਮੇਂ ਦੇ ਨਾਲ ਅਸੀਂ ਏ ਐਮ ਲਗਾਉਂਦੇ ਹਾਂ ਭਾਵ ਉਹ 6:25 ਏ ਐਮ ਤੇ ਘਰ ਵਾਪਸ ਆਇਆ ਦੇਖੋ ਬੱਚਿਓ ਉੜੀ ਵਾਲਾ ਵਿਕਲਪ 6 ਵਜੇ 5:00 ਪੀ.ਐਮ. ਇਹ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਨਹੀਂ ਹੈ। ਐੜਾ 6 ਵਜੇ 25 ਏ.ਐਮ. ਇਹ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਹੈ। ਈੜੀ 6 ਪੀ.ਐਮ. ਇਹ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਨਹੀਂ ਹੈ। ਸਸਾ 6 ਏ.ਐਮ. ਇਹ ਵੀ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਨਹੀਂ ਹੈ। ਇਨ੍ਹਾਂ ਵਿੱਚੋਂ ਬੱਝੂ ਬਸ ਐੜੇ ਵਾਲਾ ਉੱਤਰ ਹੀ ਠੀਕ ਹੈ ਇਸ ਲਈ ਮੈਂ ਐੜੇ ਉੱਤੇ ਸੈ ਇਧੇ ਨਿਸ਼ਾਨ ਲਗਾਉਂਦੀ ਹਾਂ ਅਗਲਾ ਸਵਾਲ ਹੈ ਕਣ ਦੇ ਕਿੰਨੇ ਤਾਲ ਹੁੰਦੇ ਹਨ ਇਸ ਲਈ ਵੀ ਬੱਚਿਓ ਸਾਨੂੰ ਚਾਰ ਵਿਕਲਪ ਦਿੱਤੇ ਹਨ ਦੇਖੋ ਬੱਚਿਓ ਮੇਰੇ ਕੋਲ ਕਣ ਅਕ੍ਰਿਤੀ ਹੈ ਤੇ ਆਓ ਦੇਖੀਏ ਇਸ ਦੇ ਕਿੰਨੇ ਤਾਲ ਹਨ 1 2 3 4 5 6 ਇਸ ਸ੍ਰੰਭਚੂਦ ਸੀ ਦੇਖਿਆ ਕਣ ਦੇ 6 ਤਲ ਹਨ ਤੇ ਬੱਚਿਓ ਦੇਖੋ ਊੜੇ ਵਾਲਾ ਵੀ ਵਿਕਲਪ 8 ਇਹ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਨਹੀਂ ਹੈ ਐੜਾ 4 ਇਹ ਵੀ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਨਹੀਂ ਹੈ ਈੜੀ 12 ਇਹ ਵੀ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਨਹੀਂ ਹੈ ਸੱਸਾ 6 ਇਹ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਹੈ ਤੇ ਇਸ ਉੱਤੇ ਮੈਂ ਸਹੀ ਦਾ ਨਿਸ਼ਾਨ ਲਗਾਉਂਦੀ ਹਾਂ ਅਗਲਾ ਸਵਾਲ ਹੈ 8 ਦਿੱਤੇ ਜਾਲ ਨਾਲ ਕਿਹੜੀ ਆਕ੍ਰਿਤੀ ਬਣਾਈ ਜਾ ਸਕਦੀ ਹੈ ਬੱਚਿਓ ਆਓ ਦੇਖੀਏ ਫਿਰ ਇਸ ਜਾਲ ਨਾਲ ਕਿਹੜੀ ਆਕ੍ਰਿਤੀ ਬਣਦੀ ਹੈ ਇਸ ਜਾਲ ਦੇ ਸਾਰੇ ਹੀ ਡੱਬੇ ਵਰਗਾਕਾਰ ਹਨ ਤੇ ਇਹ ਵਰਗਾਕਾਰ ਡੱਬੇ ਹੀ ਇਸ ਆਕ੍ਰਿਤੀ ਦਾ ਪਾਸਾ ਜਾਂ ਫਲਕ ਬਣਦੇ ਹਨ ਤੇ ਬੱਚਿਓ ਆਓ ਹੁਣ ਇਹਨਾਂ ਵਰਗਾਕਾਰ ਡੱਬਿਆਂ ਨੂੰ ਮਿਲਾ ਕੇ ਅਸੀਂ ਆਕ੍ਰਿਤੀ ਬਣਾਉਂਦੇ ਹਾਂ ਦੇਖੋ ਬੱਚਿਓ ਇਹਨਾਂ ਵਰਗਾਕਾਰ ਡੱਬਿਆਂ ਨਾਲ ਕਣ আকৃতি ਬਣੀ ਹੈ ਤੇ ਬੱਚਿਓ ਦੇਖੋ ਇਸ ਦੇ ਸਾਰੇ ਹੀ ਪਾਸੇ ਵਰਗਾਕਾਰ ਹਨ ਅਤੇ ਕੁੱਲ ਇਸ ਦੇ 6 ਤਲ ਹਨ ਬੱਚਿਓ ਇਸ ਲਈ ਦੇਖੋ ਊੜੇ ਵਾਲਾ ਵਿਕਲਪ ਊੜੇ ਵਾਲੇ ਵਿਕਲਪ ਵਿੱਚ ਬੱਚਿਓ ਸਾਨੂੰ ਕਣ আকৃতি ਦਿੱਤੀ ਗਈ ਹੈ ਇਸ ਦੇ ਸਾਰੇ ਹੀ ਤਲ ਵਰਗਾਕਾਰ ਹਨ ਇਸ ਲਈ ਇਹ ਵਿਕਲਪ ਸਾਡੇ ਉੱਤਰ ਅਨੁਸਾਰ ਠੀਕ ਹੈ ਐੜੇ ਵਾਲਾ ਦੇਖੋ ਬੱਚਿਓ ਇਸ আকৃতি ਦੇ ਜਿਹੜੇ तल जा पासे तिको अनाकार इसलिए यह विकल्प साढ़े उत्तर अनुसार ठीक नहीं है ईड़ी वाला देखो ईडी वाले बचियो सू घव दिता गया है इसते सारे ही पासे जड़े वर्गाकार नहीं हैं ये उत्तर जड़ा गलत है तो बचो सस्से वाला देखो इस भी बचो ज पासे जड़े ने वह वर्गाकार नहीं हैं इसलिए यह विकल्प साढ़े उत्तर अनुसार ठीक नहीं है ਬੱਚੋ ਇਹਨਾਂ ਸਾਰਿਆਂ ਵਿੱਚੋਂ ਬਸ ਊੜੇ ਵਾਲਾ ਵਿਕਲਪ ਹੀ ਠੀਕ ਹੈ ਇਸ ਲਈ ਊੜੇ ਵਾਲੇ ਵਿਕਲਪ ਤੇ ਮੈਂ ਸਹੀ ਦਾ ਨਿਸ਼ਾਨ ਲਗਾਉਂਦੀ ਹਾਂ ਅਗਲਾ ਸਵਾਲ ਹੈ ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਹੜੀ ਆਕ੍ਰਿਤੀ ਦਾ ਖੇਤਰਫਲ ਵੱਧ ਹੈ ਬੱਚੋ ਜਿਵੇਂ ਕਿ ਤੁਸੀਂ ਜਾਣਦੇ ਹੋ ਖੇਤਰਫਲ ਕਿਸੇ ਸਮਤਲ ਆਕ੍ਰਿਤੀ ਦੁਆਰਾ ਘੇਰੀ ਗਈ ਥਾਂ ਨੂੰ ਕਹਿੰਦੇ ਹਨ ਤੇ ਬੇਟਾ ਅਸੀਂ ਪਤਾ ਕਰਨਾ ਹੈ ਕਿ ਦਿੱਤੀਆਂ ਹੋਈਆਂ ਆਕ੍ਰਿਤੀਆਂ ਵਿੱਚੋਂ ਕਿਸ ਆਕ੍ਰਿਤੀ ਦਾ ਖੇਤਰਫਲ ਵੱਧ ਹੈ ਬੇਟਾ ਦੇਖੋ ਤੁਸੀਂ ਇਹ ਸਾਰੀਆਂ ਆਕ੍ਰਿਤੀਆਂ ਹੀ ਵਰਗਾਕਾਰ ਡੱਬਿਆਂ ਨਾਲ ਬਣੀਆਂ ਹੋਈਆਂ ਹਨ ਤੇ ਇਹ ਪਤਾ ਕਰਨ ਲਈ ਕਿ ਕਿਸ ਆਕ੍ਰਿਤੀ ਦਾ ਖੇਤਰਫਲ ਵੱਧ ਹੈ ਅਸੀਂ ਇਹਨਾਂ ਆਕ੍ਰਿਤੀਆਂ ਵਿੱਚ ਬਣੇ ਹੋਏ ਵਰਗਾਕਾਰ ਡੱਬਿਆਂ ਦੀ ਗਿਣਤੀ ਕਰਦੇ ਹਾਂ ਦੇਖੋ ਬੱਚਿਓ ਪਹਿਲਾਂ ਊੜੇ ਵਾਲੀ ਆਕ੍ਰਿਤੀ ਊੜੇ ਵਾਲੀ ਆਕ੍ਰਿਤੀ ਵਿੱਚ ਪਹਿਲਾਂ ਅਸੀਂ ਪੂਰੇ ਵਰਗ ਗਿੰਦੇ ਹਾਂ ਪੂਰੇ ਵਰਗ ਹਨ 1 2 ਤੇ ਹੁਣ ਅਸੀਂ ਅੱਦੇ-ਅੱਦੇ ਵਰਗ ਗਿੰਦੇ ਹਾਂ ਅੱਦੇ-ਅੱਦੇ ਵਰਗ ਕਿੰਨੇ ਹਨ ਅੱਧੇ ਅੱਧੇ ਵਰਗਾਂ ਬੇਟਾ 1 2 3 4 ਤੇ ਬੱਚਿਓ ਦੋ ਅੱਧੇ ਵਰਗ ਮਿਲ ਕੇ ਇੱਕ ਪੂਰਾ ਵਰਗ ਬਣਾਉਂਦੇ ਹਨ ਤੇ ਇਸ ਤਰ੍ਹਾਂ ਚਾਰ ਅੱਧੇ ਵਰਗਾਂ ਤੋਂ ਕਿੰਨੇ ਵਰਗ ਬਣੇ ਹਾਂਜੀ ਦੋ ਤੇ ਫਿਰ ਇਸ ਆਕ੍ਰਿਤੀ ਵਿੱਚ ਕੁੱਲ ਕਿੰਨੇ ਵਰਗ ਹੋਏ ਹਾਂਜੀ ਚਾਰ ਵਰਗ ਹੁਣ ਬੱਚਿਓ ਦੇਖੋ ਐੜੇ ਵਾਲੀ ਆਕ੍ਰਿਤੀ ਐੜੇ ਵਾਲੀ ਆਕ੍ਰਿਤੀ ਵਿੱਚ ਪੰਜ ਵਰਗ ਹਨ ਮੁੰ ਬੱਚਿਓ ਦੇਖੋ ਈੜੀ ਵਾਲੀ ਆਕ੍ਰਿਤੀ ਈੜੀ ਵਾਲੀ ਆਕ੍ਰਿਤੀ ਵਿੱਚ 7 ਵਰਗ ਹਨ ਸੱਸੇ ਵਾਲੀ ਆਕ੍ਰਿਤੀ ਵਿੱਚ 6 ਵਰਗ ਹਨ ਤੇ ਬੱਚਿਓ ਤੁਸੀਂ ਦੇਖਿਆ ਸਭ ਤੋਂ ਵੱਧ ਵਰਗ ਕਿਹੜੀ ਆਕ੍ਰਿਤੀ ਵਿੱਚ ਆਏ ਹਨ ਹਾਂਜੀ ਈੜੀ ਵਾਲੀ ਆਕ੍ਰਿਤੀ ਵਿੱਚ ਇਸ ਲਈ ਬੱਚਿਓ ਈੜੀ ਵਾਲੀ ਆਕ੍ਰਿਤੀ ਦਾ ਖੇਤਰਫਲ ਸਭ ਤੋਂ ਵੱਧ ਹੈ ਤੇ ਇਸ ਲਈ ਮੈਂ ਈੜੀ ਵਾਲੀ ਆਕ੍ਰਿਤੀ ਤੇ ਸਹੀ ਦਾ ਨਿਸ਼ਾਨ ਲਗਾਉਂਦੀ ਹਾਂ ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਅਭਿਆਸ ਸ਼ੀਟ 3 ਦੇ ਸਵਾਲ ਨੰਬਰ 11 ਤੋਂ 15 ਤੱਕ ਹੱਲ ਕਰਨੇ ਹਨ ਧੰਨਵਾਦ ਬੱਚਿਓ